ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ, ਅਮਰੀ ਕਾਂਗ ਅਥਵਾ ਸੁਰਤ ਦਾ ਚੜਾਓ। ਕੋਈ ਵਕਤ ਹੁੰਦਾ ਹੈ ਜਦ ਮਨੁੱਖ ਦੇ ਅੰਦਰ ਅਪਚਲੀ ਜੋਤ ਦੀਆਂ ਅਮਰੀ ਕਾਂਗਾਂ ਉੱਠਦੀਆਂ ਹਨ। ਇਹ ਕਾਂਗਾਂ ਮਨ, ਬੁੱਧੀ, ਅਹੰਕਾਰ ਨੂੰ ਰੁੜਾ ਲਿਜਾਂਦੀਆਂ ਹਨ। ਰੋਮ ਰੋਮ ਇੱਕ ਅਜੀਬ ਰਸ ਨਾਲ ਭਰ ਜਾਂਦਾ ਹੈ, ਸਰੀਰ ਹਲਕਾ ਫੁੱਲ ਹੋ ਜਾਂਦਾ ਹੈ, ਰੂਹ ਲਹਿਰਾਂ ਖਾਣ ਲੱਗ ਜਾਂਦਾ ਹੈ। ਹਾਂਜੀ, ਕੋਈ ਵਕਤ ਹੁੰਦਾ ਹੈ ਜਦ ਮਨੁੱਖ ਦੇ ਅੰਦਰ ਅਪਚਲੀ ਜੋਤ ਦੀਆਂ ਅਮਰੀ ਕਾਂਗਾਂ ਉੱਠਦੀਆਂ ਹਨ। ਇਹ ਕਾਂਗਾਂ ਮਨ, ਬੁੱਧੀ, ਅਹੰਕਾਰ ਨੂੰ ਰੁੜਾ ਲਿਜਾਂਦੀਆਂ ਹਨ। ਰੋਮ ਰੋਮ ਇੱਕ ਅਜੀਬ ਰਸ ਨਾਲ ਭਰ ਜਾਂਦਾ ਹੈ, ਸਰੀਰ ਹਲਕਾ ਫੁੱਲ ਹੋ ਜਾਂਦਾ ਹੈ, ਰੂਹ ਲਹਿਰਾਂ ਖਾਣ ਲੱਗ ਜਾਂਦਾ ਹੈ, ਪੀਂਘਾਂ ਜਿਹੀਆਂ ਝੂਟਣ ਲੱਗ ਜਾਂਦਾ ਹੈ। ਇਹ ਵੇਲਾ ਅਮੋਲਕ ਵੇਲਾ ਹੁੰਦਾ ਹੈ। ਮਲੂਮ ਹੁੰਦਾ ਹੈ ਕਿ ਮਨੁੱਖ ਇਹਨਾਂ ਵੇਲਿਆਂ ਕਰਕੇ ਹੀ ਸੁਹਾਗਣ ਹੈ। ਇਹ ਵੇਲੇ ਇਸਦੇ ਪਤੀ ਦੇ ਮਹਿਲੀ ਆਉਣ ਦੇ ਵੇਲੇ ਹਨ। ਨਾੜ ਨਾੜ ਟੱਪ ਉੱਠਦੀ ਹੈ। ਜਿਹੜੀਆਂ ਘੜੀਆਂ ਇਹਨਾਂ ਕਾਂਗਾਂ ਪਰ ਚੜੀਆਂ ਚੜਾਈਆਂ ਗੁਜ਼ਰ ਜਾਣ, ਉਹ ਸੁਲੱਖਣੀਆਂ। ਹਾਂਜੀ, ਜਿਹੜੀਆਂ ਘੜੀਆਂ ਇਹਨਾਂ ਕਾਂਗਾਂ ਪਰ ਚੜੀਆਂ ਚੜਾਈਆਂ ਗੁਜ਼ਰ ਜਾਣ, ਉਹ ਸੁਲੱਖਣੀਆਂ। ਇਹਨਾਂ ਕਾਂਗਾਂ ਦੇ ਸਭ ਭਲੇ ਪੁਰਸ਼ ਉਡੀਕਵਾਨ ਹੁੰਦੇ ਹਨ। ਚੰਗਾ ਅਤੇ ਸਮਝ ਵਾਲਾ ਰਾਗੀ ਆਪਣੀ ਸਿਤਾਰ ਲੈ ਕੇ ਬੈਠਾ ਰਹਿੰਦਾ ਹੈ ਆਕਾਸ਼ ਵੱਲ। ਹਾਂਜੀ, ਉਤਲਿਆਂ ਵੱਲ ਅਰਦਾਸ ਭਰੀਆਂ ਅੱਖਾਂ ਨਾਲ। ਹਾਂਜੀ, ਕਿਸੇ ਦੇ ਮਨਮੋਹਣੇ ਚਰਨਾਂ ਵੱਲ ਤਾਂਘਦਾ ਹੈ। ਜੇ ਹੁਕਮ ਹੋਵੇ, ਜੇ ਕਾਂਗ ਆਵੇ, ਤਦ ਆਲਾਪ ਆਰਾਮ ਕਰਦਾ ਹੈ। ਨਹੀਂ ਤਾਂ ਭਾਈ, ਪਰਖ ਵਾਲਾ ਰਾਗੀ ਸਿਤਾਰ ਵਲੇਟ ਵਲਾਟ ਕੇ ਘਰ ਨੂੰ ਟੁਰ ਜਾਂਦਾ ਹੈ। ਭਾਵੇਂ ਹਜ਼ਾਰਾਂ ਆਦਮੀ ਆਪ ਜੀ ਦੀ ਧੁਨੀ ਸੁਣਨ ਵਾਸਤੇ ਇਕੱਠੇ ਹੋਏ ਹੋਵਣ, ਆਪ ਨੂੰ ਕੀ ਪਰਵਾਹ ਹੈ। ਇਸ ਲਾਪਰਵਾਹੀ ਦਾ ਇੱਕ ਦ੍ਰਿਸ਼ਟਾਂਤ ਦਿੰਦਾ। ਜਰਮਨੀ ਵਿੱਚ ਸਭ ਥੀ ਮੰਨਿਆ ਪਰਮੰਨਿਆ ਰਾਗੀ, ਹਾਂਜੀ ਯੂਰਪ ਵਿੱਚ ਇੱਕ ਨਵੇਂ ਪ੍ਰਕਾਰ ਦੇ ਰਾਗ 'ਤੇ ਤਰਾਨਾ ਕਰਨ ਵਾਲਾ ਵਾਗਨਰ ਨਾਮੀ ਰਾਗੀ ਹੋਇਆ ਹੈ। ਅੱਜ ਕੱਲ੍ਹ ਵਾਗਨਰ ਦਾ ਰਾਗ ਸਭ ਥੀ ਉੱਚੀ ਸ਼੍ਰੇਣੀ ਦਾ ਸੁਣਿਆ ਜਾਂਦਾ ਹੈ। ਇਹ ਇੱਕ ਸਹਿਜ ਸਾਧਾਰਨ ਆਦਮੀ ਸੀ, ਕੋਈ ਰਾਗ ਦਾ ਠਰਕ ਹੀ ਆਪਦੇ ਦਰਸ਼ਨਾਂ ਨੂੰ ਆਇਆ। ਉਹ ਵੀ ਵੱਡਾ ਆਦਮੀ ਸੀ ਅਤੇ ਆਪ ਨੂੰ ਮੌਜ ਆਈ ਅਤੇ ਉਸਨੂੰ ਰਾਗ ਅਲਾਪ ਕੇ ਸੁਣਾਏ। ਉਹ ਆਦਮੀ ਬਹੁਤ ਪ੍ਰਸੰਨ ਹੋਇਆ। ਨਹੀਂ ਨਹੀਂ, ਉਸਦੇ ਦਿਮਾਗ ਦੇ ਨਵੇਂ ਪੜਦੇ ਖੁੱਲ੍ਹ ਗਏ, ਦਿਲ ਦੀਆਂ ਨਾੜਾਂ ਖੁੱਲੀਆਂ, ਸੁਰਤ ਉੱਚੀ ਹੋ ਗਈ। ਦੌੜਿਆ ਦੌੜਿਆ ਛਾਪੇ ਖਾਨੇ ਚਲਾ ਗਿਆ। 500 ਸਫ਼ੇ ਦੀ ਕਿਤਾਬ ਵਾਗਨਰ ਦੇ ਰਾਗ ਦੀ ਮਹਿਮਾ ਅਤੇ ਉੱਚਤਾਈ ਉੱਪਰ ਬੜੀਆਂ ਦਲੀਲਾਂ ਅਪੀਲਾਂ ਭਰੀ ਲਿਖ ਦਿੱਤੀ। ਕਿਤਾਬ ਦਾ ਨਾਮ ਸੀ ਵਾਗਨਰ ਡਿਸਕਵਰਡ, ਭਾਵ ਵਾਗਨਰ ਲੱਭਾ। ਕਿਤਾਬ ਲਿਖਣ ਵਾਲਾ ਸਾਰੀ ਪੱਛਮੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ। ਲੱਖਾਂ ਖਤ ਰਾਗ ਦੇ ਮਾਹਰੂਆਂ ਦੇ ਆਉਣ ਲੱਗ ਪਏ। ਸਾਨੂੰ ਦਰਸ਼ਨ ਕਰਾਓ, ਸਾਨੂੰ ਦਰਸ਼ਨ ਕਰਾਓ ਹੋਣ ਲੱਗ ਪਈ। ਕਿਤਾਬ ਲਿਖਣ ਵਾਲੇ ਨੂੰ ਦਿਨੋਂ ਦਿਨ ਨਵੀਆਂ ਖੁਸ਼ੀਆਂ ਚੜ੍ਹਨ, ਜੋ ਮੈਂ ਇਤਨੀ ਵੱਡੀ ਗੱਲ ਕੀਤੀ। ਸਾਰੀਆਂ ਵਲਾਇਤਾਂ ਨੂੰ ਇੱਕ ਅਮਰੀ ਰਾਗੀ ਦੀ ਖਬਰ ਦਿੱਤੀ। ਬਸ ਜੀ, ਲੋਕਾਈ ਬੇਸਬਰ ਹੋਈ। ਆਖਰਕਾਰ ਖਾਮ ਖਾ ਰੂਪੀ ਚੇਲੇ ਨੇ ਬੇਨਿਆਜ਼ ਵਾਗਨਰ ਨੂੰ ਜ਼ੋਰਾ ਜਬਰੀ ਇਸ ਗੱਲ 'ਤੇ ਰਾਜ਼ੀ ਕੀਤਾ ਕਿ ਫਲਾਣੇ ਦਿਹਾੜੇ ਫਲਾਣੀ ਜਗ੍ਹਾ ਵਾਗਨਰ ਆਪਣੇ ਅਲਾਪ ਕੁਝ ਰਾਗੀ ਦੁਨੀਆ ਦੇ ਚੋਣਵੇਂ ਲੋਕਾਂ ਨੂੰ ਸੁਣਾਏਗਾ। ਦਿਨ ਮਾਨੋ ਰਾਗ ਦੇ ਵਿਵਾਦ ਆ ਸੀ। ਹੁਮ ਹੁਮਾ ਕੇ ਜਾਂਜੀ ਇਕੱਠੇ ਹੋਏ, ਦਿਲ ਤਾਂਗਾਂ ਨਾਲ ਭਰੇ ਹੋਏ ਸਨ। ਹਜ਼ਾਰਾਂ ਦਿਲ ਆਪਣੀਆਂ ਧੜਕਾਂ ਨੂੰ ਧੜਕ ਰਹੇ ਸਨ। ਕੰਨ ਦੇ ਦੋ ਦੋ ਦੇ ਅੱਠ ਅੱਠ ਹੋ ਅੱਖਾਂ ਵਾਂਗ ਤੱਕ ਰਹੇ ਸਨ। ਲੋਕ ਬਸ ਹੁਣੇ ਬਸ ਹੁਣੇ ਦੀ ਧੁਨ ਵਿੱਚ ਸਾਹ ਘੁੱਟੀ ਬੈਠੇ ਸਨ। ਪਰ ਵਾਗਨਰ ਹੋਰੀ ਬਾਰੀ ਨਾ ਨਿਕਲਣ। ਦੱਸਿਆ ਹੋਇਆ ਵਕਤ ਗੁਜ਼ਰ ਗਿਆ। ਆਖਰ ਜ਼ੋਰਾ ਜਬਰੀ ਖਿੱਚ ਕੇ ਚੇਲੇ ਹੋਰੀ ਫੜ ਲਿਆਏ। ਤਾੜੀਆਂ ਵੱਜੀਆਂ, ਦਿਲ ਉਛਲੇ, ਕਈਆਂ ਦੇ ਦਿਮਾਗ ਫਟਣ ਵਾਲੇ ਹੋ ਗਏ।
छातियां उठ खलोतियां, कन खड़े हो गए, दिलां अपनी धड़क मदम पा दिती, ओ होर खुले, ओ वागनर बोलिया। पर नहीं, वागनर सच्चा रागी सी, ओनू की लोड़ सी जो बिना अमरीकांग दे अलापे, ते जो अमरीकांग आई भी सी तद एक 5-10 चोणवे राग दे डाढ़े प्यारियां राग पर सिरदितियां नू सुनान वास्ते सी। ओ इन्ने इकट्ठ नू सुनांदा कद सी, आप एक दरख्त पर चढ़ गए, ते चढ़न नाल सब तरह दे सारे लोकां नू मिलन मिलान दे तरीकियां उपर छाई फेरी। लेडियां जेंटलमैना दे सामने ए वैशीपन, हाए मर जाना दरख्त पर चढ़ गया। लेडियां ते जेंटलमैना नू जो किरना आई सो आई, पर जे धरती वेहल देंदी तां खाम खादा बनिया चेला तां विच लुकी जाए। हाले भी तां कुछ बहुत गल विगड़ी नहीं सी, चलो दरख्त उपर बैठा ही अलाप देवे, तां वी विचारे चेले दी रह आवे। लोकी थक गए ते आप कुछ ना बोले, जद बहुत मिन्नतां चेले होरां ने कीतियां, तद आपने उलुआं गिदड़ां ते कुत्तियां आदि जानवरां दियां बोलियां बोल दित्तियां, राग दा फड़ के नष्ट पड़ दिता, कुछ कन खाण वालियां चीकां सुना दित्तियां। आम लोकी खफा होके दुम दबा के टुर गए। कोई कोई सुर वाले रागी वागनर दी रमज समझ गए, ओ तां दर्शन करन नाल ही किरतारत हो गए सन। हाँ जी, कोई कोई सुर वाले रागी वागनर दी रमज समझ गए, ओ तां दर्शन करन नाल ही किरतारत हो गए सन। पर चेले होरां दे छक्के छुट गए, ते फिर एक वारी होर दौड़े दौड़े छापेखाने नूं गए, ते किताब लिख छपाई, वागनर डिथ्रोंड, भाव वागनर तख्तों ला दिता। चंगा वागनर राग दा देवता हुण वी मन्निया परमन्निया अपने तख्त पर बैठा है। जिन्हां लोकां नूं अमरीकांग आउंदी है, वो इस तरह दे लापरवाह जे लोक हुंदे हन, ते जिस वेले ऐसे रागी बोलदे हन, तद कुदरत सारी चुप हो के हाथ जोड़ के सुनदी है। हाँ जी, जिन्हां लोकां नूं अमरीकांग आउंदी है, वो इस तरह दे लापरवाह जिहे लोक हुंदे हन, ते जिस वेले ऐसे रागी बोलदे हन, तद कुदरत सारी चुप हो के हाथ जोड़ के सुनदी है। आदमी दे होंठ खुले रह जांदे हन, अखां चमकण भुल जांदियां हन, दिल विसर विसर के तड़कदा है, ते हजारां लोकां दी त्राटक मुद्रा लग जांदी है। सुनन वालियां नूं स्वाद आउंदा है, सारे आखदे हन रस आया, डाढ़ा रस आया, पर रस भरन वाले नूं कोई नहीं देख सकदा। बांस दी पोरी दी बनी बांसरी जद कृष्ण ने बजाई, तद गवर्धन पहाड़ ने जमीन थी अपना आसन उच्चा उठा लिया। मुसलमान मुहारख लिखते हैं कि सिख जद गाउंदा है, दरिया टुरना भुल जाते हैं, पंछी उड़ना विसर जाते हैं। जैसे मैं उत्ते दस आया हाँ कि असली रागी ते दृष्टि वाले रागी अमरीकांग आउण तो बिना नहीं गाउंदे। नचण वाले नूं भी अमरीकांग दी लोड़ है। इसे तरह सच्ची कविता भी सदा अमरीकांगा उपर उड़न वाले पंखेरुआं दे जोर वाले परां दी कुमकुमाहट दी मिठी मिठी अनाहत धुनी है। सब थी वड्डे ते उच्चे दर्जे दे कवि चित्रकार ते गवैये आपो वड्डे तां नहीं हुंदे, ए तां साधारण थोड़ी जेही चोजी जी दे चुने ते बख्शे चोजां दे दोहों दाणियां दी भुख वाले निमाणे जे लोक आउंदे हन। गलियां दे विच फिरन निमाणे लालां दे वण जा रहे हू, जिस वेले उन्हां दे अंदर अमरीकांगां टुरदियां हन, उस वेले सारी सृष्टि उन्हां दे चरणां नूं दौड़दी है। जी, सूरज ते चंद झुक झुक के सलामा करदे हन, जगत दिल उन्हां उत्ते वारी वारी जांदा है, जगत अखां उन्हां दे चरण अपने प्रेम अथरुआं नाल धोंदियां हन। गुरु रूप प्यारी साध संगत जी, इस लिखत दा अगला हिस्सा आप जी नूं अग्गे पढ़ के सुनाउण दी कोशिश करांगे जी। वाहिगुरू जी का खालसा, वाहिगुरू जी की फतह।